ਰਸੂਲ ਲੱਗਾ ਫਾਇਲ ਨਾ ਕਾਇਲਾਂ ਦੁਆਰੇ ਫੇ ਰਸੂਲ ਲੱਗਾ ਜਬ ਤੱਕ ਮਾਸੂਮ ਦਾ ਅਮਰ ਨਾ ਹੋਵੇ ਨਾ ਸ਼ੁਰੂ ਥੀਂਦੀ ਹੈ ਨਾ ਮੁੱਕਦੀ ਹੈ।
ਮਾਸੂਮ ਦੇ ਫਰਮਾਨ ਮੁਤਾਬਿਕ ਇਹ ਵਕਤ ਜ਼ਿੰਦਗੀ ਸ਼ੁਮਾਰ ਖੁਸ਼ ਨਸੀਬੀ ਹੈ ਮੁਹੰਮਦ ਵਾਲੇ ਮੁਹੰਮਦ ਦਾ ਜ਼ਿਕਰ ਕਰਨਾ ਸੁਣਨਾ ਗਾਉਣਾ ਤਵੱਜੋ ਹੈ ਨਾ ਸਾਰਿਆਂ ਦੀ ਹੱਥ ਕਹਿੰਦੇ ਦਿਲ ਇਸ ਤਿਆਰ ਹੋਏ ਵੀ ਸੁਬਹ ਦੇ ਬੈਠੇ ਹਾਂ ਤੇ ਥੱਕ ਗਏ ਨੇ ਤੁਸਾਂ ਮੈਂ ਕਿਤਨਾ ਥੱਕਣਾ ਹੈ ਅਲੀ ਦੀ ਧੀ ਤਕਬਰ ਚ ਨਹੀਂ ਤੁਹਾਡੇ ਪੁੱਤਰ ਦੀ ਖਬਰ ਨਹੀਂ
ਇਹ ਮੇਰੇ ਪੁੱਤਰ ਦੀ ਕਿਰਪਾ ਹੈ। ਬੀਬੀ ਆਦੀ ਮੈਂ ਜਾਣਦੀ ਹਾਂ ਜੋ ਤੇਰੇ ਪੁੱਤਰ ਦੀ ਕਿਰਪਾ ਹੈ। ਆਦੀ ਐ ਪੜਦੇ ਦਾਰ ਬੀਬੀ ਇਹ ਵੀ ਜਾਣਦੇ ਹੋ ਵੀ ਤੁਹਾਡੇ ਪੁੱਤਰ ਦੀ ਖਬਰ ਨਹੀਂ ਤਰੋਂਦੇ ਕਿਉਂ ਹੋ। ਬੀਬੀ ਆਖਿਆ ਮੈਂ ਰੋਡੇ ਕਿ ਮੈਂ ਤੇਰੇ ਨਬੀ ਦੀ ਜ਼ਖਮੀ ਦੀ ਜ਼ਹਰਾ ਬੀਬੀ ਆਦੀ ਹੈ। ਤੂੰ ਜੋ ਦੋ ਮਹੀਨੇ ਤੇ ਅੱਠ ਦਿਹਾੜੇ ਮੇਰੇ ਪੁੱਤਰਾਂ ਨੂੰ ਰੋਂਦੀ ਰਹੀ ਹੈ, ਮੈਂ ਜ਼ਹਰਾ ਤੇਰੇ ਬਛੜੇ ਨੂੰ ਰੋਣ ਆਈ ਬੈਠੀ। ਮਦੀਨੇ ਵਾਲੇ ਸਈਆ ਇਹਦੇ ਵਿੱਚ ਪਾ ਲੈਂਦੇ, ਕਹਿੰਦਾ ਉਦਾਰ ਨਹੀਂ ਰੱਖਦੇ ਤੁਹਾਡੇ ਖਾਣ ਦੁਆ ਰਹਿੰਦੇ ਬੈਠੇ। ਮੌਲਾ ਇਹ ਸਿੱਖਿਆ ਰਸਦਾਰ ਸਾਰੀਆਂ ਨਸਲਾਂ ਵਿੱਚ ਕਾਇਮ ਕਰਾਵੇ। ਅਕੀਦਤ ਅਤੇ ਮਾਰਫਤ ਨਾਲ ਸ਼ਾਲਾ ਤੋਹੀਦ ਦੀ ਮਾਰਫਤ ਹਮੇਸ਼ਾ ਗਮਦਨ ਰਹੀਏ। ਬਸ ਕਿਉਂਕਿ ਆਖਰੀ ਦਿਹਾੜੇ ਨੂੰ ਆਨੰਦ ਰੌਣਕ ਸਤਾਰਾ ਸਾਲ ਹੈ ਗੁਰੂਆਂ ਦੇ ਗੁਰਬਤ ਨੂੰ। ਰਬੀ ਲਵਲ ਦਾ ਮਹੀਨਾ ਅੱਜ ਇਮਾਮ ਦਾ ਜਨਾਜ਼ਾ ਆਉਣਾ ਹੈ। ਜਦੋਂ ਤੁਸਾਂ ਜ਼ਿਆਰਤ ਕਰਨੀ ਹੈ ਇਹ ਉਸ ਕਰੀਬ ਦਾ ਜਨਾਜ਼ਾ ਹੈ ਜਦੋਂ ਮਈਅਤ ਤੋਂ ਭੈਣਾਂ ਤੀਰ ਛਿੱਕਦੀਆਂ ਰਹੀਆਂ। ਇਹਦਾ ਨਾਮ ਹੈ ਹਸਨ ਮੁਸਤਬਾ। ਚੰਦ ਮਿੰਟ ਮੈਂ ਉਸ ਗਰੀਬ ਦੀ ਗੁਰਬਤ ਫੜਦਾ ਜਿਹਦਾ ਨਾਮ